ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮਸ ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ ਮਕਸਦ ਕੀ ਹੈ ਇਹਨਾਂ ਦਾ ਮਕਸਦ ਹੈ ਕਿ ਹੌਲੀ-ਹੌਲੀ ਜਿਹੜੀ ਸਰਕਾਰ ਹੈ ਉਹ ਸਰਕਾਰੀ ਖਰੀਦ ਚੋਂ ਬਾਹਰ ਆ ਜਾਈ ਕਿਉਂ ਸਰਕਾਰੀ ਖਰੀਦ ਚੋਂ ਬਾਹਰ ਆਉਣਾ ਚਾਹੁੰਦੇ ਆ ਉਹ ਕਿਉਂਕਿ ਉਹਨਾਂ ਨੇ ਇੱਕ ਫੈਸਲਾ ਕਰ ਲਿਆ ਜਿਵੇਂ ਡਾਇਰੈਕਟ ਸਬਸਿਡੀ ਆਪਾਂ ਹਰ ਚੀਜ਼ ਲਈ ਇਹਨਾਂ ਨੇ ਸ਼ੁਰੂ ਕੀਤੀ ਹੈ ਵੀ ਸਿੱਧਾ ਖਾਤਿਆਂ ਚ ਪਾ ਦਿਓ ਇਹ ਆਪਣੀ ਫਸਲ ਕਾਦੇ ਵਾਸਤੇ ਖਰੀਦੀ ਜਾਂਦੀ ਹੈ ਇਹ ਖਰੀਦੀ ਜਾਂਦੀ ਹੈ ਜਿਹੜਾ ਪੀਡੀਐ ਸਿਸਟਮ ਹੈ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਉਹਦੇ ਵਾਸਤੇ ਗਰੀਬਾਂ ਨੂੰ ਦੇਣ ਲਈ ਜਿਹੜੀ ਕੇਂਦਰ ਸਰਕਾਰ ਖਰੀਦੀ ਹੈ ਤੇ ਉਹ ਖਰੀਦ ਕੇ ਸਟੋਰ ਕਰਕੇ ਵੱਖ-ਵੱਖ ਸੂਬਿਆਂ 'ਚ ਜਿੱਥੇ ਵੀ ਜਿਹੜੀ ਹੈ 2 ਰੁਪਏ ਕਿਲੋ ਕਣਕ ਜਾਂ ਜਿਹੜੇ ਚੌਲ ਨੇ ਉਹ ਮਹੱਈਆ ਕਰਾਏ ਜਾਂਦੇ ਨੇ ਹੁਣ ਸਰਕਾਰ ਨੇ ਇਹ ਫੈਸਲਾ ਕਰ ਲਿਆ ਸ਼ਾਂਤਕਮਾਰ ਦੀ ਰਿਪੋਰਟ ਤੁਸੀਂ ਪੜ੍ਹੀ ਹੋਣੀ ਐ ਵੀ ਇਹ ਸਾਰਾ ਕੁਝ ਦੇ ਵਿੱਚ ਚੋਰੀ ਬਹੁਤ ਦੇ ਵੀ ਇਹਨੂੰ ਖਤਮ ਕਰਕੇ ਸਿੱਧਾ ਖਾਤਿਆਂ 'ਚ ਪੈਸੇ ਦਿਓ ਫੇਰ ਜਿਹੜੀ ਉਹ ਖਰੀਦੇ ਨੇ ਉਹਦਾ ਕੀ ਬਣੂ ਕੌਣ ਖਰੀਦੂ ਉਹ ਪ੍ਰਾਈਵੇਟ ਖਰੀਦੂ ਤੇ ਫੇਰ ਨਤੀਜਾ ਕੀ ਹੋਣਾ ਜਦ ਸਰਕਾਰ ਬਾਹਰ ਨਿਕਲ ਗਈ ਤਾਂ ਫੇਰ ਅਲਟੀਮੇਟਲੀ ਕਿਸਾਨ ਜਿਹੜਾ ਅੱਜ ਸਰਕਾਰ ਤੇ ਨਿਰਭਰ ਕਰਦਾ ਉਹ ਵੱਡੇ ਵਪਾਰੀ ਤੇ ਨਿਰਭਰ ਹੋ ਜਾਏਗਾ ਆਪਣੀ ਮਨਮਰਜ਼ੀ ਦਾ ਭਾਅ ਖਰੀਦੇ ਅਤੇ ਆਪਣੀ ਮਨਮਰਜ਼ੀ ਦੇ ਸਮੇਂ ਤੇ ਪੈਸਾ ਦੇਵੇ ਇਹ ਹਾਲਾਤਾਂ ਤੋਂ ਡਰਦੇ ਹੋਏ ਜਿਹੜੇ ਅੱਜ ਦੇਸ਼ ਦੇ ਕਿਸਾਨ ਨੇ ਉਹ ਆ ਸੜਕਾਂ ਤੇ ਉਤਰੇ ਹੋਏ ਨੇ ਇਹ ਸਰਕਾਰ ਚਾਹੇ ਜੋ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰੇ ਪਰ ਆਪਾਂ ਸਾਰੇ ਜਾਣਦੇ ਆ ਕਿ ਇਹਦੇ ਪਿੱਛੇ ਕੀ ਸੋਚ ਹੈ ਤੇ ਖਾਸ ਤੌਰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਜਾਦੇ ਖਰੀਦ ਪੰਜਾਬ ਦੇ ਵਿੱਚੋਂ ਕੀਤੀ ਜਾਂਦੀ ਹੈ ਮੈਨੂੰ ਯਾਦ ਹੈ ਆ ਥੋੜਾ ਸਮਾਂ ਹੀ ਹੋਇਆ ਸਾਲ ਸਾਲਕ ਦਾ ਸਮਾਂ ਹੋਇਆ ਮੈਂ ਉਦੋਂ ਅਕਾਲੀ ਦਲ ਬਾਦਲ ਦਾ ਵਿਧਾਨ ਸਭਾ ਦੇ ਵਿੱਚ ਨੇਤਾ ਹੁੰਦਾ ਸੀ 370 ਦੀ ਧਾਰਾ ਤੋੜੀ ਗਈ ਤੇ ਸਾਡੇ ਹੀ ਕੁਝ ਪਾਰਟੀ ਦੇ ਆਗੂ ਕਹਿੰਦੇ ਸੀ ਬਹੁਤ ਵਧੀਆ ਕੀਤਾ ਮੋਦੀ ਨੇ ਬਹੁਤ ਵਧੀਆ ਕੀਤਾ ਮੈਂ ਉੱਥੇ ਹੀ ਬੈਠਾ ਸੀ ਮਕਾਇਆ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਕੀ ਸੋਚ ਰਹੇ ਹੋ ਪਹਿਲੀ ਗੱਲ ਤਾਂ ਸਾਡਾ ਜੋ ਪਾਰਟੀ ਦਾ ਸਿਧਾਂਤ ਹੈ ਉਹ ਤਾਂ ਸੂਬਿਆਂ ਨੂੰ ਵਧ ਅਧਿਕਾਰ ਦੇਣ ਦੀ ਗੱਲ ਕਰਦੇ ਅਸੀਂ ਸੂਬੇ ਨੂੰ ਖਤਮ ਹੀ ਕਰਤਾ ਤੇ ਤੁਸੀਂ ਜਿਹੜਾ ਹੈ ਬਿਨਾਂ ਸੋਚੇ ਸਮਝੇ ਵਾਵਾ ਕਰੀ ਜਾਂਦੇ ਹੋ ਤੇ ਮੈਂ ਕਹਾਂ ਵੀ ਇੱਕ ਤਾਂ ਮੈਂ ਇਹਦੇ ਤੇ ਬੋਲਣਾ ਨਹੀਂ ਜੇ ਇਹ ਡਿਸਕਸ਼ਨ ਆਈ ਐਸੈਂਬਲੀ ਦੇ ਵਿੱਚ ਭਾਵੇਂ ਮੈਂ ਪਾਰਟੀ ਦਾ ਨੇਤਾ ਮੈਂ ਇਸ ਮੁੱਦੇ ਤੇ बोल ਨਹੀਂ ਸਕਦਾ ਕਿਉਂਕਿ ਸਾਡੇ ਸਿਧਾਂਤਾਂ ਦੇ ਹੁੰਦਾ ਦੂਜੀ ਗੱਲ ਮੈਂ ਕਿਹਾ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਕਸਮ ਇਹਨੂੰ ਇਹ ਕਹਾੜਾ ਤੁਹਾਡੇ ਤੇ ਵੀ ਚੱਲਣਾ ਆਪਣੇ ਤੇ ਵੀ ਚੱਲ ਸਕਦਾ ਮੈਂ ਤਾਂ ਕਿਹਾ ਸੀ ਮੈਨੂੰ ਤਾਂ ਇਹ ਲੱਗਦਾ ਸੀ ਸ਼ਾਇਦ 5-10 ਸਾਲਾਂ ਨੂੰ ਕਦੇ ਇਹ ਆਪਣੇ ਤੇ ਵੀ ਵਰਤਿਆ ਸੀ ਤਾਂ ਇਹਨਾਂ ਨੇ ਤਾਂ 6 ਮਹੀਨੇ ਨਹੀਂ ਟੱਪਣ ਦਿੱਤੇ ਇਹ ਕਾਨੂੰਨ ਲਿਆ ਕੇ ਤੇ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਕਿਸੇ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਨਹੀਂ ਇਹ ਤਾਂ ਮੈਂ ਸਮਝਦਾ ਲੋਕਤੰਤਰ ਦਾ ਨਾਂ ਨਹੀਂ ਲੋਕਤੰਤਰ ਇੱਕ ਮਜ਼ਾਕ ਬਣ ਕੇ ਰਹਿ ਗਿਆ ਸਾਰੀਆਂ ਪਾਰਟੀਆਂ ਦੇਸ਼ ਦੀਆਂ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਸਾਨੂੰ ਇਕੱਠੇ ਜੋੜਨਾ ਚਾਹੀਦਾ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ ਤਾਂ ਹੀ ਅਸੀਂ ਜਿਹੜੀ ਜਿੱਤ ਪ੍ਰਾਪਤ ਕਰ ਸਕਦੇ ਹਾਂ ਸਾਨੂੰ ਜਿਹੜਾ ਦਿੱਲੀ ਦਾ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਵੀ 26 27 ਤਰੀਕ ਨੂੰ ਅਸੀਂ ਦਿੱਲੀ ਜਾ ਕੇ ਉੱਥੇ 2 ਦਿਨ ਦਾ ਧਰਨਾ ਰੱਖਾਂਗੇ ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਨੂੰ ਉਹਦੇ ਵਿੱਚ ਵੀ ਸਭ ਤੋਂ ਹਰ ਕੋਈ ਬੰਦਾ ਛੱਡ ਕੇ ਆਪਦੇ ਫਰਕ ਉਹਦੇ ਵਿੱਚ ਸ਼ਾਮਿਲ ਹੋ ਤਾਂ ਕਿ ਦਿੱਲੀ ਜਾ ਕੇ ਜਿਹੜੀ ਲੜਾਈ ਧਾਕੇ ਦਿੱਲੀ ਜਿੱਤੀ ਜਾਣੀ ਹੈ ਉੱਥੇ ਜਾ ਕੇ ਉਹਨੂੰ ਆਪਾਂ ਇੱਕ ਸੰਦੇਸ਼ ਦੇ ਸਕੀਏ ਵੀ ਸਾਰੇ ਪੰਜਾਬੀ ਅੱਜ ਇਕੱਠੇ ਹੋ ਚੁੱਕੇ ਨੇ ਤੇ ਇਹ ਜਿਹੜੀ ਤਾਨਾਸ਼ਾਹੀ ਹੈ ਇਹ ਅਸੀਂ ਕਿਸੇ ਹਰਗਿਜ਼ ਨਾ ਕਦੇ ਪੰਜਾਬੀਆਂ ਨੇ ਪਹਿਲਾਂ ਸਹਿਨ ਕੀਤੀ ਹੈ ਨਾ ਹੀ ਕਦੇ ਇਹ ਤਾਨਾਸ਼ਾਹੀ ਜਿਹੜੀ ਹੈ ਵਿਖ ਵਿੱਚ ਪੰਜਾਬੀ ਕਦੇ ਸਹਿਨ ਕਰਨਗੇ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ